ਉਹ ਪਿਆ ਪਸੰਦ ਸਾਰੇ ਤੇ ਉਹ ਖਿਲਾ ਰਿਹਾ ਪਿਆ ਝੋਟਾ ਝੋਟਾ ਡੋਡੀ ਕਰ ਛੱਡਿਆ ਟੋਟੇ ਟੋਟੇ ਗੇਅਰ ਬਕਸ ਕੇ 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 ਹੁਣ ਹੋ ਗਿਆ ਏ ਟੂ ਜੈਡ ਕੰਮ ਭਰਾਵੋ ਲਓ ਬਈ ਮਿਸਤਰੀ ਸਾਹਿਬ ਲੱਗੇ ਪਏ ਆ ਇੱਧਰ ਝੋਟੇ ਨੂੰ ਡੇਗ ਛੱਡਿਆ ਕਹਿੰਦੇ ਆ ਗੱਭਰੂ ਨੇ ਢਿੱਡ ਕੱਢ ਲਿਆ ਝੋਟੇ ਦਾ ਕਿ ਨਹੀਂ ਪਿੰਜਰ ਪਿੰਜਰ ਕੱਢੀ ਬੈਠੇ ਮਿਸਤਰੀ ਕੀ ਕਰੀਏ ਨਾ ਹਾਂ ਮਿਸਤਰੀ ਕੀ ਕਰੀਏ ਨਾ ਦੱਸ ਅੱਛਾ ਗੇਅਰ ਵੱਜਦਾ ਹੈ ਹੋਰ ਲੱਗੇ ਦੇ ਨਾਲ ਹੋਰ ਜਾਊਗਾ ਨਾ ਤੇਲ ਤਾਂ ਪਤੰਦਰ ਡਰਮਾਂ ਦੇ ਡਰਮ ਹੀ ਪੀਂਦਾ ਸੀ ਐਲ ਵੀ ਤੈਨੂੰ ਕਿਵੇਂ ਲੱਗਦਾ ਬਣ ਜੂ ਓਕੇ ਜਮਾ ਇਹਦੇ ਬਰੋਬਰ ਕੋਈ ਹੋਰ ਖਾ ਨਹੀਂ ਸਕਦਾ ਕਾ ਹੋਰ ਮਿੰਟ ਸਾਰੇ ਪੰਜ ਠਹਿਰ ਤੂੰ ਪੰਜਾਂ ਮਿੰਟਾਂ 'ਚ ਖੜਾ ਕਰ ਦੇਗਾ ਉੱਥੇ ਤੇ ਉਹਦਾ ਕੀ ਕਰਨਾ ਕਲੱਚ ਪਲੇਟ ਦਾ ਕਲੱਚ ਪਲੇਟ ਦਾ ਕੀ ਕਰਨਾ ਉਹਦਾ ਵੀ ਕੰਮ ਕਰੋਗੇ ਬਸ ਉਹ ਤਾਂ ਕਰਕੇ ਲਿਆਂਦਾ ਕਰਕੇ ਲਿਆਂਦਾ ਓਕੇ ਆ ਪਰੂਗਾ ਤੂੜੀ ਦੇ ਥੱਬੇ ਗਿੱਧਾ ਪਵਾ ਦੇਗਾ ਹੈ ਤੇ ਕਦੋਂ ਕਦੇ ਕੰਮ ਸਿੱਖਦੇ ਤੇਰੇ ਕੋਲ ਐਮ ਐਸ ਸੀ ਖੋਲੀਏ ਗੱਡੀ ਕਹਿੰਦਾ ਇਹਨੂੰ ਵੀ ਜਮਾ ਸਹੀ ਵਾਜਾ ਕੱਢ ਲਾ ਦੂ ਹਨਾ ਮਿਸਤਰੀ ਉਤਲੇ ਸਮਾਨ ਹੀ ਫੜਾਉਂਦਾ ਹੈਡ ਬੰਦਾ ਪਤਾ ਨੀ ਲੱਗਦਾ ਦੱਸ ਕੇ ਸੰਦ ਵੀ ਦੂਜੇ ਬਣਾਉਂਦਾ ਪੇਚਕਸ ਥਾਂ ਦੇ ਵੱਡੇ ਆਹ ਕਿੱਧਰ ਪਊਗਾ ਮਿਸਤਰੀ ਵੱਡਾ ਕਲਰ ਇੱਧਰ ਠੀਕ ਆ ਲੀਕ ਕਰਦਾ ਸੀ ਇਹ ਤੇ ਕਿੰਨੀਆਂ ਬੰਦੇ ਟਰਾਲੀਆਂ ਬਣਾ ਸਕਦੇ ਇਹਦੇ ਨਾਲ ਤੂੜੀ ਦੀਆਂ ਟਰਾਲੀਆਂ ਹੈ ਦਿਹਾੜੀ ਦੀਆਂ ਕੱਢੀ ਹੋਊਗਾ ਤੇਲ ਦਾ ਖਰਚਾ ਵੀ ਘਟਾਏਗਾ ਉਹਨੇ ਦਾ ਕੀ ਕਰਾ ਡੀਏ ਕਰਾਦਾ ਨਹੀਂ ਨਹੀਂ ਤੇਲ ਹੋਰ ਵੀ ਘਟੂਗਾ ਕੰਮ ਕੀਤਾ ਤੂੰ ਪੰਪ ਦੇ ਦਾ ਹੈ ਮਿਸਤਰੀ ਤੇ ਤਾਰਾਂ ਤੇ ਪੈਂਦਾ ਕੰਮ ਵੀ ਤੂੰ ਹੀ ਕਰੇਂਗਾ ਉਦੋਂ ਦਾ ਹੈ ਤੇ ਬੰਦੇ ਤੇਰੇ ਦੂਜੇ ਨਹੀਂ ਦਿੰਦੇ ਜਿਹੜੇ ਵਰਕਸ਼ਾਪ ਤੇਰੇ ਦੂਜੇ ਬੰਦੇ ਤਿੰਨ ਚਾਰ ਹੋਰ ਆ ਜਿਹੜੇ ਕਿ ਕਿਸੇ ਦੇ ਘਰੇ ਕੱਢਿਆ ਤਜਰਬਾ ਦਿਖਾ ਕੋਈ ਆਪਦਾ ਮਿਸਤਰੀ ਦੱਸ ਅੱਛਾ ਇਹਦੇ ਵੀ ਮੰਨ ਕੇ ਚੱਲ ਕਾਮਯਾਬ ਇਹੀ ਹੈ ਸਹੀ ਗੇਅਰ ਉੱਥੇ ਇਹ ਕੁਦਰਤੀ ਚੀਜ਼ਾਂ ਨਾਲ ਛੇੜਛਾੜ ਨਹੀਂ ਹੁੰਦੀ ਹੈ ਨਾ ਮਤਲਬ ਜਿਵੇਂ ਬਣਾਂਗਾ ਕੰਪਨੀ ਨੂੰ ਉਵੇਂ ਰਹਿਣੀਆਂ ਚਾਹੀਦੀਆਂ ਨਾ ਠੀਕ ਹੈ ਕਹਿੰਦੇ ਮੁੰਡਿਆਂ ਨੇ ਜੜਤਾ ਬਈ ਖੋਲ੍ਹ ਕੇ ਪਾ ਦੇਖ ਲਿਆ ਰੇ ਇਹਨੂੰ ਨਾਟ ਕੇ ਨਾ ਕਹਿੰਦੇ ਬਈ ਟੋਕਰਾ ਕਲਹਿਰਾਂ ਦਾ ਨਿਕਲਦਾ ਮਸਾਂ ਸੈੱਟ ਕੀਤਾ ਚੋਪਰਾਂ ਨੇ ਕਲਹਿਰੇ ਬਹੁਤ ਵੱਡੇ ਆ ਬਈ ਇਹਦੇ 'ਚ ਇੱਥੋਂ ਕਰਦਾ ਕੈਂ 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 ਦੂਜੇ ਪਿੰਡ ਦੱਸਦਾ ਬਈ ਮੈਂ ਆ ਗਿਆ ਇਹਨੂੰ ਕਹਿੰਦੇ ਆ ਨਾਟ ਕੇ ਨਾ ਬਈ ਮੁੰਡੇ ਕਸੀ ਜਾਂਦੇ ਇਹਨਾਂ ਦਾ ਹੈੱਡ ਫੋਰਮੈਨ ਅੱਜ ਬਾਹਰ ਗਿਆ ਉਹ ਕਿਸੇ ਦਾ ਦੂਜਾ ਕਲੋਸ ਕਰ ਵੇਖਣ ਗਿਆ ਇਹਨਾਂ ਨੂੰ ਲਾ ਕੇ ਗਿਆ ਆਉਂਦੇ ਇਹਨੂੰ ਕਰ ਦੇਣਗੇ ਸੈੱਟ ਆਉਣ ਵਾਲਾ ਮੁੰਡਾ ਉਹਦੇ ਬਿਨਾ ਕਿੱਥੇ ਹੱਲ ਹੁੰਦਾ ਕਿ ਨਹੀਂ ਜਿਵੇਂ ਚੀਨ ਦੀ ਸੁਰੰਗ ਹੁੰਦੀ ਐਡਾ ਪਿਆ ਪਤਾ ਹੈ ਨਾ ਮਿਸਤਰੀ ਮਜੈਲ ਬੇੜੀ ਬੈਠੇ ਕਹਿੰਦੇ ਮੁੰਡਿਆਂ ਨੇ ਜੜਤਾ ਵੀਰੇ ਉਹ ਲਾਤਾ ਜੋੜ ਗੇਅਰ ਦਾ ਤਾਂ ਕਲੱਚ ਪਲੇਟ ਦਾ ਲਾਈ ਜਾਂਦੇ ਆ ਇਹ ਹਿਸਾਬ 'ਚ ਨਹੀਂ ਆਉਂਦਾ ਹਜੇ ਇਹਨਾਂ ਦੇ ਕੁਛ ਸਾਡਾ ਮਿਸਤਰੀ ਉੱਧਰ ਫਿਰ ਰਿਹਾ ਹੋਵੇ ਸ਼ਾਪਟਾਂ ਚੱਕੀ ਫਿਰਦਾ ਹੈ ਪੱਟੂ ਕਹਿੰਦਾ ਧੱਕੇ ਨਾਲ ਜੋੜਦਾ ਉਹਨਾਂ ਹੀ ਲੱਗਦਾ ਤਾਂ ਝੋਟਾ ਜੋੜਨਾ ਕਿਹੜਾ ਸੌਖਾ ਹੈ ਬਹੁਤ ਔਖਾ ਜੋੜਨਾ ਜਿਹੜੇ ਹਿਸਾਬ ਨਾਲ ਖਲੇਰਿਆ ਵੀ ਉਹ ਹਿਸਾਬ ਨਾਲ ਜੋੜਨਗੇ ਬਹੁਤ ਮਿਹਨਤ ਕਰਦੇ ਆ ਮੁੰਡੇ ਸਰਦਾਰਾਂ ਦਾ ਕਾਕਾ ਫਿਕਰ ਨਾ ਫਾਕਾ ਵਾਹ ਜੀ ਵਾਹ
मिस्त्री साहब पिछे बैठा पतंदर देसी जगड़ लाई बैठा सफेदे डाणा डाणा ही टोक लिया जोड़ लगता क्यों नहीं मिस्त्री की चक्करा मिस्त्री कहते पैजूगा दलेरी दे तेन हूं लो भी मिस्त्रियों ने जड़ता नाड़ गया मिस्त्री सीट नहीं नवी लाई है के काम हजे चली जाता पैंडियां हजे स्टेयर स्टून लाता टापा भी लाता है जैन जिन पूरे ठोकते तेल भी पाता है अच्छा वाह मिस्त्री ये पैर नाल मैनू काका जी कहिंदे आ सारा इलाका जी इधरले पासे नहीं बैटरी रखनी मिस्त्री का बक्सा रह गया रखना दो बैटरियां रखूंगा फकारा भी कल ही मराएंगा था स्टार्ट करता डीजल तेल दी भी टेंकी भरती के पाउना तेल है ओ मिस्त्री केड़े काम करी जांदा दूजा है ओ मिस्त्री किधर जांदा मिस्त्री काम भले करदा विचे पठे पाउंदा जिम्मेवारी वाली समझ दे के विचे इंजन करदा रवे बंदा कि नहीं सील नंबर मगराट अमरूट नवे आ जावा ओके आ भाई जावा करता रेडी लाइटा रहेगा कि मुंडे ने लाने कहने कल ला देंगे कहीं मिस्त्री हाँ ठीक है लो भाई मिस्त्रियों ने अपने ने करता ट्रैक्टर स्टार्ट करा मरादा और मिस्त्री ठीक है ओके आ जावा स्टूडियो तो जोड़ देना नहीं तेनों फड़ देना आके दिक्कत आ गई कोई गेयर की आवाज नहीं होनी चाहिए है संघना आया मिस्त्री ने भाई पूरी गलबात बना दी पूरी नग बना दी जमा मिस्त्री ने ਬਕਰਾ ਪਸੰਦ ਆ ਗਿਆ ਆਪਾਂ ਨੂੰ ਠੀਕ ਹੈ।